ਜੀ ਤੁਸੀਂ ਪਹਿਲਵਾਨਾਂ ਦੇ ਮਾਮਲੇ 'ਚ ਇਹਨਾਂ ਨੇ ਪਹਿਲਵਾਨਾਂ ਨੇ ਪਰਸੋਂ ਐਲਾਨ ਕੀਤਾ ਸੀ ਕਿ ਅਸੀਂ ਜਿਹੜੇ ਸਾਡੇ ਮੈਡਲ ਨੇ ਸਾਰਿਆਂ ਨੂੰ ਗੰਗਾ 'ਚ ਰੋੜ ਕੇ ਆਵਾਂਗੇ। ਉਹ ਤੋਂ ਬਾਅਦ ਕੁਛ ਟਾਈਮ ਲੈ ਲਿਆ ਸ਼ਾਇਦ ਰਕੇਸ਼ ਟਕੈਤੀ ਜੀ ਨੇ ਲੈ ਲਿਆ ਸੀਗਾ ਇਹਨਾਂ ਤੋਂ ਵੀ ਤੁਸੀਂ ਅਜੇ ਕਰ ਲਿਓ, ਕੀ ਅਪਡੇਟ ਹੈ ਜੀ ਪੂਰੀ ਇਹਦੇ 'ਚ? ਇੱਕ ਤਾਂ ਇਹ ਹੈ ਕਿ ਜੀ ਸੋਰੀ ਜਿਹੜਾ ਓਲੰਪਿਕ ਐਸੋਸੀਏਸ਼ਨ ਹੈਗਾ ਇੰਟਰਨੈਸ਼ਨਲ, ਉਸ ਨੇ ਇਹਨਾਂ ਦੀ ਹਮਾਇਤ ਕੀਤੀ ਹੈ। ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਆਖਿਆ ਕਿ ਇਹਨਾਂ ਪਹਿਲਵਾਨਾਂ ਨੂੰ ਸੁਰੱਖਿਆ ਦਿੱਤੀ ਜਾਵੇ, ਮਾਮਲਾ ਛੇਤੀ ਨਜਿੱਠਿਆ ਜਾਵੇ। ਇਹਦਾ ਮਤਲਬ ਕੋਈ ਇਹ ਹੈ ਕਿ ਬਾਹਰਲੀ ਜਿਹੜੀ ਐਸੋਸੀਏਸ਼ਨ ਹੈ ਇੰਟਰਨੈਸ਼ਨਲ ਹੈ, ਉਹ ਭਾਰਤ ਦੇ ਉੱਤੇ ਸਿੱਧਾ ਪ੍ਰੈਸ਼ਰ ਤਾਂ ਨਹੀਂ ਪਾ ਸਕਦੀ, ਪਰ ਜੇ ਭਾਰਤ ਸਰਕਾਰ ਸੋਚੇ ਗੌਰ ਨਾਲ, ਫਿਰ ਇਹ ਜ਼ਰੂਰ ਪਤਾ ਲੱਗ ਰਿਹਾ ਕਿ ਬੇਇੱਜ਼ਤੀ ਸਾਡੀ ਵੱਡੇ ਪੱਧਰ ਤੇ ਹੋ ਰਹੀ ਹੈ। ਉਹ ਕਹਿੰਦੇ ਨਿਰਪੱਖ ਜਾਂਚ ਹੋਵੇ। ਦੂਜੇ ਪਾਸੇ ਦਿੱਲੀ ਪੁਲਿਸ ਤੋਂ ਜਦੋਂ ਪੁੱਛ ਲਿਆ ਕਿ ਜਾਂਚ ਦਾ ਜਿਹੜਾ ਆਖਰੀ ਸਟੈਪ ਕਦੋਂ ਹੋਊ, ਕਹਿੰਦੇ ਜੀ ਕੋਈ ਕਲੀਅਰ ਨਹੀਂ, ਅੱਛਾ ਜੀ ਮਤਲਬ ਲੜ ਸਿਰਾ ਉਹਦਾ ਲੱਗਦਾ ਨਹੀਂ। ਤੇ ਇੱਥੋਂ ਇਹ ਲੱਗਦਾ ਕਿ ਜਿਹੜੀ ਮਨਸ਼ਾ ਹੈਗੀ ਸਰਕਾਰ ਦੀ ਜਾਂ ਪੁਲਿਸ ਦੀ, ਉਹ ਇਸ ਕਹਾਣੀ ਨੂੰ ਹੱਲ ਕਰਨ ਦੇ ਵਾਸਤੇ ਹੈ ਹੀ ਨਹੀਂ, ਕਹਾਣੀ ਨਹੀਂ ਹਾਲਾਂਕਿ ਸੱਚ ਹੈ। ਦੂਸਰਾ, ਜਿਹੜੀ ਨਾਬਾਲਗ ਕੁੜੀ ਦੇ ਵੱਲੋਂ ਬਿਆਨ ਦਰਜ ਕਰਾਏ ਗਏ ਕਿ ਮੇਰੇ ਖਿਲਾਫ ਜ਼ਿਆਦਤੀਆਂ ਹੋਈਆਂ, ਸਰੀਰਕ ਸ਼ੋਸ਼ਣ ਹੋਇਆ, ਉਹ ਪੋਕਸੋ ਹਾਂਜੀ ਐਕਟ ਦੇ ਤਹਿਤ ਆ। ਉੱਥੇ ਪੁਲਿਸ ਹੁਣ ਇਹ ਆਪਦੇ ਤੱਥ ਲਿਆ ਰਹੀ ਹੈ, ਮੀਡੀਆ ਰਾਹੀਂ ਜਿਹੜੀਆਂ ਖਬਰਾਂ ਆਈਆਂ ਉਹ ਸੋਰਸਿਸ ਦੇ ਨਾਲ ਹੈ ਕਿ ਜੀ ਹਾਂਜੀ ਉੱਥੇ ਉਹ ਕੁੜੀ ਨੂੰ ਨਾਬਾਲਗ ਨਹੀਂ ਬਾਲਗ ਸਿੱਧ ਕੀਤਾ ਜਾਊ, ਕਿ ਇਹ ਤਾਂ ਅਡਲਟ ਹੈ। ਜੇ ਇਹ ਉਹ ਅਡਲਟ ਹੈ ਤਾਂ ਫਿਰ ਇਹਦੀ ਗ੍ਰਿਫਤਾਰੀ ਹੈ ਜਿਹੜੀ ਬ੍ਰਿਜਭੂਸ਼ਣ ਚਰਨ ਸਿੰਘ ਦੀ, ਉਸ ਮਾਮਲੇ 'ਚ ਹੋ ਹੀ ਨਹੀਂ ਸਕਦੀ। ਹਾਲਾਂਕਿ ਅੱਛਾ ਜੀ ਪੋਕਸੋ ਦੇ ਵਿੱਚ ਵੀ ਜਿਹੜੀ 10B ਧਾਰਾ ਹੈਗੀ ਆ ਸਬ ਕਲਾਜ, ਉਹਦੇ ਮੁਤਾਬਕ ਵੀ ਇਹ ਹੈ ਕਿ ਗ੍ਰਿਫਤਾਰੀ ਬਹੁਤ ਹੀ ਜ਼ਰੂਰੀ ਨਹੀਂ ਹੁੰਦੀ, ਕਈ ਕੇਸਾਂ 'ਚ ਹੁੰਦੀ ਕਈ ਧਾਰਾਵਾਂ 'ਚ ਹੁੰਦੀ ਹੈ। ਪਰ ਹਾਂਜੀ ਇੱਥੇ ਹੁਣ ਪੂਰੇ ਦਾ ਪੂਰਾ ਬਚਾਅ ਕੀਤਾ ਜਾ ਰਿਹਾ। ਪਹਿਲੀ ਗੱਲ ਇਹ ਕਿ ਜਿਹੜੀ ਢੀਠਤਾ ਦੇ ਨਾਲ ਦਿੱਲੀ ਪੁਲਿਸ ਕੰਮ ਕਰ ਰਹੀ ਹੈ ਜਾਂ ਉਹਨਾਂ ਨੂੰ ਹੁਕਮ ਹੋਏ ਹੋਏ ਆ, ਉਹ ਕਾਰਵਾਈ ਨਹੀਂ ਕਰ ਰਹੀ। ਦੂਜੇ ਪਾਸੇ ਇਹ ਹੈ ਕਿ ਕਾਰਵਾਈ ਕਦੋਂ ਹੋਊਗੀ, ਇਹਦਾ ਵੀ ਕੁਝ ਕਹਿਣਾ ਮੁਸ਼ਕਲ ਹੈ। ਜੰਤਰ ਮੰਤਰ ਦੇ ਉੱਤੇ ਪਹਿਲਵਾਨ ਬੈਠੇ ਸੀ 28 ਮਈ ਦਾ ਦਿਨ, ਜਦੋਂ ਮਹਾਂਪੰਚਾਇਤ, ਮਹਿਲਾ ਮਹਾਂਪੰਚਾਇਤ ਪਾਰਲੀਮੈਂਟ ਦੇ ਕੋਲ ਹੁੰਦੀ ਸੀ, ਉੱਥੇ ਜਾਣਾ ਚਾਹੁੰਦੇ ਸੀ, ਜਿਹਦੇ ਕਰਕੇ ਟਕਰਾਅ ਹੋਇਆ। ਪਹਿਲਵਾਨਾਂ ਦੀ ਕੁੱਟਮਾਰ ਦੀਆਂ ਫੋਟੋਆਂ ਸਾਹਮਣੇ ਆਈਆਂ ਤੇ ਫਿਰ ਉਹਨਾਂ ਦਾ ਡੰਡਾ ਡੇਰਾ ਉੱਥੋਂ ਚੁਕਾ ਦਿੱਤਾ ਗਿਆ, ਜਿਹੜੇ ਟੈਂਟ ਵਗੈਰਾ ਸੀ ਉੱਥੋਂ ਪੱਟਦੇ। ਹਾਂਜੀ ਉਦੋਂ ਮਗਰੋਂ ਦੇਸ਼ ਦੇ ਵਿੱਚ ਬਹੁਤ ਸਾਰੀਆਂ ਧਿਰਾਂ ਨੇ, ਉਹਨਾਂ ਨੇ ਹੁਣ ਸਰਗਰਮੀ ਦਿਖਾਈ ਹੈ। ਇੱਕ ਤਾਂ ਜਿਹੜੀ ਖਾਪ ਪੰਚਾਇਤਾਂ, ਉਹਨਾਂ ਨੇ ਵਿਉਂਤਬੰਦੀ ਕੀਤੀ ਹੈ, ਉਹਨਾਂ ਨੇ ਹੁਣ ਕੱਲ ਨੂੰ ਮੀਟਿੰਗ ਰੱਖੀ ਹੈ। ਉਸ ਮੀਟਿੰਗ ਦੇ ਹਾਂਜੀ ਵਿੱਚ ਕਹਿੰਦੇ ਖਾਪ ਦੇ ਆਗੂ ਹੀ ਜਾਣਗੇ, ਚੌਧਰੀ ਹੈ ਜਿਹੜੇ ਉਹ ਹੋਣਗੇ, ਨਾਲ ਕਿਸਾਨ ਯੂਨੀਅਨ ਦੇ ਨੇਤਾ। ਜਿਹੜੀ ਗੱਲ ਤੁਸੀਂ ਜਿੱਥੋਂ ਸ਼ੁਰੂ ਕੀਤੀ ਸੀ ਉਹ ਜੁੜਦੀ ਹੈਗੀ ਹਰਿਦੁਆਰ ਦੇ ਨਾਲ, ਹਰ ਕੀ ਪੌੜੀ ਦੇ ਨਾਲ। ਪਹਿਲਵਾਨਾਂ ਨੇ ਆਖਿਆ ਸੀ ਕਿ ਨਾ ਰਾਸ਼ਟਰਪਤੀ ਨੇ ਸਾਡੀ ਗੱਲ ਸੁਣੀ ਹੈ, ਉਹਨਾਂ ਨੇ ਤਾਂ ਧਿਆਨ ਹੀ ਨਹੀਂ ਦਿੱਤਾ, ਪ੍ਰਧਾਨ ਮੰਤਰੀ ਨੇ ਸੁਣਨੀ ਕੀ ਹੈ। ਤੇ ਅਸੀਂ ਫਿਰ ਇਹਨਾਂ ਜਿਹੜੇ ਮੈਡਲ ਹੈ ਉਹ ਪਵਿੱਤਰ ਮੈਡਲ ਨੇ, ਪਵਿੱਤਰਤਾ ਦੇ ਨਾਲ ਹਾਸਲ ਕੀਤੇ ਨੇ, ਇਹਨਾਂ ਨੂੰ ਪਵਿੱਤਰ ਗੰਗਾ ਨਦੀ ਦੇ ਵਿੱਚ ਵਹਾ ਦੇਣੇ, ਉਹ ਲੈ ਕੇ ਤੁਰੇ ਸੀ। ਦੂਜੇ ਪਾਸੇ ਇੱਕ ਗੰਗਾ ਸਮਿਤੀ ਹੈ, ਬਿਨਾਂ ਸ਼ੱਕ ਉਹਦਾ ਤਾਲਮੇਲ ਵੀ ਬੀਜੇਪੀ ਦੇ ਨਾਲ ਕਿਵੇਂ ਨਾ ਕਿਵੇਂ ਜੁੜਦਾ ਹੀ ਹੋ। ਹਾਂਜੀ ਤਾਂ ਉਹ ਗੰਗਾ ਕਮੇਟੀ ਵਾਲਿਆ ਜਿਹੜੇ ਮੂਹਰੇ ਆ ਗਏ ਕਿ ਤੁਸੀਂ ਭਾਈ ਇੱਥੇ ਰਾਜਨੀਤੀ ਕਿਵੇਂ ਕਰੋਗੇ, ਇਹ ਤਾਂ ਮੈਡਲ ਇੱਥੇ ਵਹਾਏ ਨਹੀਂ ਜਾ ਸਕਦੇ। ਤਾਂ ਕਰਕੇ ਓਕੇ ਉੱਥੋਂ ਇੱਕ ਟਕਰਾਅ ਪੈਦਾ ਹੋ ਗਿਆ। ਦੂਜਾ, ਹਾਂਜੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਹੈਗੀ ਹੈ ਟਕੈਤ ਵਾਲੀ, ਇਹਦੇ 'ਚ ਸਾਰਾ ਟੱਬਰ ਹੀ ਸਿਆਸੀ ਯੂਨੀਅਨ ਦਾ ਆਗੂ ਹੈ। ਇੱਕ ਰਕੇਸ਼ ਟਕੈਤ ਹੈ, ਇੱਕ ਨਰੇਸ਼ ਟਕੈਤ ਹੈ। ਹਾਂਜੀ ਤੇ ਟਕੈਤ ਹੋਰਾਂ ਦੇ ਇੱਕ ਨੇ ਇਹਨਾਂ ਨੂੰ ਪਹਿਲਾਂ ਕਿਹਾ, ਉਹਨਾਂ ਦੀ ਗੱਲ ਮੰਨੀ ਨਾ ਗਈ, ਦੂਸਰੇ ਦੀ ਗੱਲ ਮੰਨ ਕੇ ਇਹਨਾਂ ਨੇ ਮੈਡਲ ਉਹਨਾਂ ਨੂੰ ਦੇ ਦਿੱਤੇ, ਕਿ ਉਹਨਾਂ ਨੇ ਗਾਹਾਂ ਸਰਕਾਰ ਨੂੰ ਦਿੱਤਾ ਅਲਟੀਮੇਟਮ 5 ਦਿਨਾਂ ਦਾ, ਕਿ 5 ਦਿਨਾਂ 'ਚ ਜੇ ਤੁਸੀਂ ਇਹ ਮਸਲੇ ਦਾ ਹੱਲ ਨਾ ਕੀਤਾ ਤੇ ਫਿਰ ਅਗਲੀ ਕਾਰਵਾਈ ਅਸੀਂ ਕਰਾਂਗੇ। ਤੇ ਮੈਡਲ ਇਹ ਕਹਿ ਕੇ ਲਿਆ ਕਿ ਅਸੀਂ ਰਾਸ਼ਟਰਪਤੀ ਨੂੰ ਸੌਂਪਾਂਗੇ। ਚਲੋ ਸੌਂਪੇ ਜਾਂਦੇ ਨੇ, ਨਹੀਂ ਸੌਂਪੇ ਜਾਂਦੇ ਉਹ ਤਾਂ ਗੱਲ ਅੱਡ ਹੈ, ਇਹ ਇੱਕ ਸਮੋਲਿਕ ਆਪਾਂ ਕਹਿ ਸਕਦੇ ਕਿ ਵਿਰੋਧ ਸੀਗਾ। ਪਰ ਹੁਣ ਖਾਪ ਪੰਚਾਇਤਾਂ ਤੇ ਜਿਹੜਾ ਕਿਸਾਨ ਮੋਰਚਾ, ਸੰਯੁਕਤ ਕਿਸਾਨ ਮੋਰਚਾ ਜਿਹੜਾ ਦਿੱਲੀ ਬੈਠਾ ਸੀ, ਉਹਦੇ ਆਗੂ ਸਾਰੇ ਮੀਟਿੰਗਸ ਕਰ ਰਹੇ ਨੇ। ਬਾਕੀ ਜਿਹੜੀਆਂ ਸੱਤਾ ਵਿਰੋਧੀ ਧਿਰਾਂ ਨੇ ਜਿੰਨੀਆਂ ਵੀ, ਉਹਨਾਂ ਦਾ ਸਮਰਥਨ ਵੀ ਉਹਨਾਂ ਨੂੰ ਮਿਲ ਰਿਹਾ ਹੈ, ਸਾਰੀਆਂ ਦਾ ਨਹੀਂ, ਬਹੁਤ ਸਾਰੀਆਂ ਦਾ ਮਿਲ ਰਿਹਾ ਹੈ। ਕਿਉਂਕਿ ਪੰਜਾਬ ਦੇ ਵਿੱਚੋਂ ਜੇ ਦੇਖਣਾ ਹੋਵੇ, ਅਕਾਲੀ ਦਲ ਦੱਬੀ ਆਵਾਜ਼ 'ਚ ਸਾਥ ਦੇ ਰਿਹਾ ਹੈ, ਜਥੇਦਾਰ ਅਕਾਲ ਤਖ਼ਤ ਦੀ ਬਿਆਨਬਾਜ਼ੀ ਆ ਜਾਂਦੀ ਹੈ, ਦੂਸਰੇ ਪਾਸੇ SGPC ਹੈ ਜਿਹੜੇ, ਉਹਨਾਂ ਨੇ ਵੀ ਥੋੜਾ ਸਹਿਯੋਗ ਦਿੱਤਾ। ਆਮ ਆਦਮੀ ਪਾਰਟੀ ਬੇਸ਼ੱਕ ਸੱਤਾ ਵਿਰੋਧੀ ਹੈ ਕੇਂਦਰ ਦੇ ਵਿੱਚ, ਪਰ ਇਹਨਾਂ ਦੇ ਵੱਲੋਂ ਸਰਗਰਮੀ ਨਹੀਂ ਦਿਖਾਈ ਜਾ ਰਹੀ ਉਹਨਾਂ ਦੇ ਹੱਕ ਦੇ ਵਿੱਚ। ਪਰ ਆਮ ਆਦਮੀ ਪਾਰਟੀ ਦੇ ਜਿਹੜੇ ਰਾਜਸਥਾਨ ਦੇ ਆਗੂ ਹੈ, ਉਹ ਉਹਨਾਂ ਦੇ ਹੱਕ 'ਚ ਬੋਲ ਰਹੇ ਆ। ਹੁਣ ਇੱਥੇ ਪਾਰਟੀ ਲਾਈਨ ਤੋਂ ਹਟ ਕੇ ਇਹ ਜਿਹੜੀਆਂ ਗੱਲਾਂ ਹੋ ਰਹੀਆਂ, ਇਹ ਵੀ ਸਵਾਲ ਖੜੇ ਕਰਦੀਆਂ। ਸੋ ਹਜੇ ਤੱਕ ਕਨਫਿਊਜ਼ਨ ਹੈ ਕਿ ਇਹ ਮਾਮਲੇ 'ਚ ਕੀ ਹੋਊ, ਪਰ ਇੰਨੀ ਗੱਲ ਜ਼ਰੂਰ ਹੈ ਕਿ ਮਾਮਲਾ ਜਾਊਗਾ ਲੰਮਾ ਜ਼ਰੂਰ, ਕਿਉਂਕਿ ਬਹੁਤ ਸਾਰੀਆਂ ਰਾਜਨੀਤਿਕ ਧਿਰਾਂ ਜਿਹਦੇ 'ਚ ਸਰਗਰਮ ਨੇ।
ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਵੈਸੇ ਤਾਂ ਉਹਦਾ ਕੰਮ ਹੀ ਇਹ ਲਾ ਲਓ ਤੁਸੀਂ, ਜਿਵੇਂ ਕਹਿ ਦਿੰਦੇ ਨੇ ਵੀ ਮੁਰਦਾ ਬੋਲੂ ਕੱਫਨ ਫਾੜੂ, ਉਹ ਬੰਦੇ ਦੇ ਜਿੰਨੇ ਬਿਆਨ ਆਏ ਨੇ ਇੱਕ ਤੋਂ ਇੱਕ ਬੇਵਕੂਫੀ ਭਰੇ ਵਾਲਾ ਸੀ। ਦੇਖੋ ਹੁਣ ਇਹਨਾਂ ਨੇ ਕਿਹਾ, ਪਹਿਲਵਾਨ ਨੇ ਕਹਿੰਦੇ ਅਸੀਂ ਮੈਡਲ ਵਾਪਸ ਕਰਾਂਗੇ, ਉਹ ਬੰਦਾ ਕਹਿੰਦਾ ਜੇ ਵਾਪਸ ਕਰਨਾ ਪੈਸੇ ਵਾਪਸ ਕਰੋ ਤੁਸੀਂ, ਮੈਡਲ ਦੀ ਤਾਂ ਕੀਮਤ 15 ਰੁਪਏ ਦਾ ਵਿਕੂ ਕਹਿੰਦਾ ਉਹ। ਦੇਖੋ ਉਹ ਬੰਦੇ ਦਾ ਅਜੇ ਵੀ ਪੈਸੇ ਵੱਲ ਹੀ ਇਹ ਆ ਵੀ ਜਿੰਨੇ ਪੈਸੇ ਦਿੱਤੇ ਨੇ ਤੁਸੀਂ, ਇਸੇ ਤੋਂ ਪਤਾ ਲੱਗਦਾ ਵੀ ਪੈਸੇ ਦੇ ਜ਼ੋਰ ਤੇ ਟਿਕਿਆ ਹੋਇਆ, ਤੇ ਇਹੋ ਜਿਹਾ ਬੰਦਾ ਉਹਨਾਂ ਨੇ ਪ੍ਰਧਾਨ ਬਣਾ ਰੱਖਿਆ ਐਸੋਸੀਏਸ਼ਨ ਦਾ। ਇਹਦੇ ਤੇ ਸਵਾਲ ਵੀ ਹੀ ਇਹ ਗੱਲ ਆਈ ਹੈ ਕਿ 45 ਦਿਨਾਂ ਦੇ ਵਿੱਚ ਓਲੰਪਿਕ ਐਸੋਸੀਏਸ਼ਨ ਨੇ ਆਖਿਆ ਕਿ ਇੱਥੇ ਪ੍ਰਧਾਨ ਦੀ ਚੋਣ ਦੁਆਰਾ ਕਰੋ। ਪਰ ਰਾਓ ਸਾਹਿਬ ਗੱਲ ਇਹ ਹੈ ਕਿ ਚੋਣ ਕਰਨ ਦੇ ਵਾਸਤੇ ਫਿਰ ਬੰਦੇ ਤਾਂ ਉਹੀ ਹੋਣਗੇ ਨਾ ਜਿਹਦਾ ਦਬਦਬਾ ਹੈ, ਜਾਂ ਬ੍ਰਿਜ ਭੂਸ਼ਣ ਚੰਦ ਸਿੰਘ ਹੋਰਾਂ ਨੇ ਲੌਬਿੰਗ ਕਰ ਲਈ। ਉਹ ਜਿਹੜੀ ਆਹ ਬਿਆਨਬਾਜ਼ੀ ਹੈ, ਗੱਲ ਤਾਂ ਇਹ ਹੈ ਕਿ ਕਰੋੜਾਂ ਰੁਪਈਆ ਤਾਂ ਬਥੇਰੇ ਲੋਕਾਂ ਦੇ ਕੋਲੇ, ਮੈਡਲ ਦਿਖਾਓ ਕਿਹਦੇ ਕੋਲੇ ਹੈ, ਬ੍ਰਿਜ ਭੂਸ਼ਣ ਚੰਦ ਸਿੰਘ ਹੀ ਹੈ, ਉਹ ਕੋਈ ਮੈਡਲ ਲੈ ਕੇ ਦਿਖਾ ਦੇ ਜੇ ਏਡੀ ਕੋਈ ਪ੍ਰਾਪਤੀ ਲੱਗਦੀ ਹੈ। ਹਾਲਾਂਕਿ ਉਹ ਕਹਿੰਦਾ ਕਿ 10,000 ਰੁਪਏ ਦੇ ਹੁੰਦੇ ਆ ਇਹ ਮੈਡਲ ਜਾਂ ਕਿੰਨੇ ਦੇ ਆ, ਇਹ ਵੀ ਆਪਾਂ ਨੂੰ ਪਤਾ ਕਿ ਜਿਹੜਾ ਗੋਲਡ ਮੈਡਲ ਕਹਿ ਕੇ ਦਿੱਤਾ ਜਾਂਦਾ, ਗੋਲਡ ਉਹਦੇ ਚ ਹੁੰਦਾ ਨਹੀਂ, ਨਾ ਚਾਂਦੀ ਦੇ ਮੈਡਲ ਚ ਚਾਂਦੀ ਹੁੰਦੀ ਹੈ। ਪਰ ਸੋ ਉਹਦੇ ਇਹ ਪਿੱਛੇ ਮਿਹਨਤ ਬਿਲਕੁਲ, ਬਹੁਤ ਵੱਡੀ ਹੁੰਦੀ ਹੈ, ਹਾਂ ਮਿਹਨਤ ਬਹੁਤ ਮਿਹਨਤ ਵੱਡੀ ਹੁੰਦੀ ਹੈ। ਇਹੀ ਗੱਲ ਹੈ ਜੀ। ਪਰ ਉਹ ਸਭ ਗੱਲ ਫਿਰ ਉਹੀ ਹੈ ਨਾ ਕਿ ਧੌਣ ਚ ਕਿੱਲਾ ਹੈ, ਤੇ ਇਹ ਹਾਂਜੀ ਕਿੱਲੇ ਨੇ ਕਈਆਂ ਦੇ ਕਿੱਲੇ ਕਢਵਾ ਦੇਣੇ ਆ ਜੇ ਸੰਘਰਸ਼ ਚੱਲ ਪਿਆ, ਕਿਉਂਕਿ ਹਜੇ ਚੱਲ ਅੱਛਾ, ਰਿਹਾ, ਹਜੇ ਉੱਡੇ ਪੱਧਰ ਤੇ ਨਹੀਂ ਜਿੱਡੇ ਤੇ ਚੱਲ ਸਕਦਾ ਹੈ। ਅੱਗੇ ਇਲੈਕਸ਼ਨ ਆ ਰਹੀ ਹੈ, ਹੋ ਸਕਦਾ ਬਾਕੀ ਥਾਵਾਂ ਤੇ ਕੁਝ ਹੋਵੇ ਨਾ ਹੋਵੇ, ਰਾਜਸਥਾਨ ਤੇ ਹਰਿਆਣੇ ਦੇ ਵਿੱਚ ਜ਼ਰੂਰ ਇਹਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਦੂਜੀ ਗੱਲ ਹੈ ਕਿ ਜਿਹੜੇ ਖਿਡਾਰੀ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਕਿ ਸਰਕਾਰ ਸਾਡੀ ਬਾਹ ਫੜਦੀ ਹੈ ਜਦੋਂ ਅਸੀਂ ਜਿੱਤ ਕੇ ਆਉਣੇ ਆ, ਉਦੋਂ ਮਾਨ ਸਨਮਾਨ ਦਿੰਦੀ ਹੈ, ਉਹ ਉਹਨਾਂ ਦੇ ਮਾਪਿਆਂ ਦੇ ਜਾਂ ਖਿਡਾਰੀਆਂ ਦੇ ਮਨਾਂ 'ਚ ਕੀ ਜਾਊਗਾ ਕਿ ਜਦੋਂ ਸਾਨੂੰ ਲੋੜ ਹੁੰਦੀ ਹੈ ਸੁਣਦਾ ਹੀ ਕੋਈ ਨਹੀਂ। ਹਾਂਜੀ।